ਹਾਂਜੀ ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਹੈ ਜੀ ਲੈ ਕੇ ਆਏ ਆ ਅੱਜ ਆਪਾਂ ਤੁਹਾਡੇ ਲਈ ਵੈਰੀ ਵੈਰੀ ਇੰਪੋਰਟੈਂਟ ਲੈਕਚਰ ਹੈਗਾ ਸਾਈਕੋਲੋਜੀ ਦੇ ਨਾਲ ਸੰਬੰਧਿਤ ਬਾਲ ਵਿਕਾਸ ਦੇ ਨਾਲ ਸੰਬੰਧਿਤ ਸੋ ਦੋਸਤੋ ਅੰਗਨਵਾੜੀ ਸੁਪਰਵਾਈਜ਼ਰ ਐਨਟੀਟੀ ਤੇ ਪੀਐਸ ਟੈਟ ਸੀਟੈਟ ਐਚ ਟੈਟ ਇਹਨਾਂ ਵਿਦਿਆਰਥੀਆਂ ਵਾਸਤੇ ਵੈਰੀ ਇੰਪੋਰਟੈਂਟ ਹੋਣ ਵਾਲੀ ਹੈ ਵੀਡੀਓ ਆਪਣੀ ਸੋ ਅਖੀਰ ਤੱਕ ਦੇਖਿਓ ਵੀ ਕਿ ਵੀਡੀਓ ਨੂੰ ਤੁਹਾਡੇ ਲਈ ਆਪਾਂ 99 ਪ੍ਰਸ਼ਨ ਲੈ ਕੇ ਆਏ ਆ ਈਟੀਟੀ ਦਾ ਫਰਸਟ ਪੇਪਰ ਜਿਹੜਾ ਹੁੰਦਾਗਾ ਪੀਐਸ ਟੈਟ ਦਾ ਉਹਦੇ ਵਿੱਚੋਂ 99 ਪ੍ਰਸ਼ਨ ਨੇ ਇਹ ਤੁਹਾਡੇ ਲਈ ਉਹਦੇ ਵਿੱਚੋਂ ਲਏ ਗਏ ਨੇ ਉਸ ਪੇਪਰ ਚੋਂ ਸੋ ਸ਼ੁਰੂ ਕਰਦੇ ਆਂ ਆਪਣਾ ਪਹਿਲਾ ਪ੍ਰਸ਼ਨ ਜੀ ਪਿਆਜੇ ਦੇ ਸਿਧਾਂਤ ਅਨੁਸਾਰ ਹੇਠ ਲਿਖਿਆਂ ਚੋਂ ਕਿਹੜਾ ਗਿਆਨਮਈ ਵਿਕਾਸ ਨੂੰ ਪ੍ਰਭਾਵਿਤ ਨਹੀਂ ਕਰਦਾ ਨਹੀਂ ਨੂੰ ਧਿਆਨ ਚ ਜ਼ਰੂਰ ਰੱਖਣਾ ਪਿਆਜੇ ਦਾ ਜਿਹੜਾ ਸਿਧਾਂਤ ਸੀਗਾ ਉਹਦੇ ਅਨੁਸਾਰ ਗਿਆਨਮਈ ਵਿਕਾਸ ਨੂੰ ਪ੍ਰਭਾਵਿਤ ਕਿਹੜਾ ਨਹੀਂ ਕਰਦਾ ਇਹਨਾਂ ਆਪਸ਼ਨਾਂ ਦੇ ਵਿੱਚੋਂ ਕਿਹੜਾ ਮਤਲਬ ਪਿਆਜੇ ਨੇ ਆਪਦੇ ਸਿਧਾਂਤ ਚ ਨਹੀਂ ਵਰਤਿਆ ਸਿੱਧੀ ਜੀ ਗੱਲ ਇਹ ਬਣਦੀ ਆ ਪ੍ਰਤੱਖ ਗਿਆਨ ਤਾਰਕਿਕਤਾ ਮੌਖਿਕ ਸਹੂਲਤਾ ਪਾਸ਼ਾ ਸੋ ਦੋਸਤੋ ਪਿਆਜੇ ਨੇ ਕਦੇ ਵੀ ਭਾਸ਼ਾ ਦੀ ਗੱਲ ਨਹੀਂ ਕਰੀ ਗਿਆਨਮਈ ਵਿਕਾਸ ਨੂੰ ਜਦੋਂ ਨਾ ਵੜਾਵਾ ਦੇਣ ਦੀ ਗੱਲ ਕਰੀ ਹੈਗੀ ਪਿਆਜੇ ਨੇ ਤਾਂ ਉਹਨੇ ਭਾਸ਼ਾ ਦੀ ਗੱਲ ਕਿਤੇ ਨਹੀਂ ਕਰੀ ਆ ਆ ਸ਼ਾਦੀ ਗੱਲ ਕਰੀ ਸੀ ਬਾਇਗੋਸਕੀ ਨੇ ਸੋ অপਸ਼ਨ ਨੰਬਰ 4 ਦੇ ਨਾਲ ਜਾਵਾਂਗੇ ਜੀ ਆਪਾਂ ਸੋ ਦੋਸਤੋ ਇੱਕ ਤੁਹਾਡੇ ਲਈ ਹੈਗਾ ਨੋਟ ਹੈ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਜੀਨ ਪਿਆਜੇ ਦੀ ਥਿਉਰੀ ਦੇ ਨਾਲ ਸੰਬੰਧਿਤ ਇੱਕ ਲੈਕਚਰ ਲੈ ਕੇ ਆਵਾਂਗੇ ਜੀਨ ਪਿਆਜੇ ਦੀ ਥਿਉਰੀ ਦਾ ਜਾਨਣਾ ਤੁਹਾਡੇ ਲਈ ਅਤੀ ਜ਼ਰੂਰੀ ਹੈ ਕਿਉਂਕਿ ਬੱਚੇ ਦੇ ਵਿਕਾਸ ਨਾਲ ਸੰਬੰਧਿਤ ਇੰਪੋਰਟੈਂਟ ਥਿਉਰੀ ਇਹਨਾਂ ਦੀ ਹੀ ਮੰਨੀ ਜਾਂਦੀ ਹੈ ਸੋ ਇਹਨਾਂ ਦੇ ਅਕੋਰਡਿੰਗ ਹੀ ਪ੍ਰਸ਼ਨ ਜ਼ਿਆਦਾ ਪੁੱਛੇ ਜਾਂਦੇ ਐ ਐਗਜ਼ਾਮੀਨਰ ਵੱਲੋਂ ਸੋ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਲੈਕਚਰ ਜੀਨ ਪਿਆਜੇ ਦੇ ਸਿਧਾਂਤ ਦੇ ਨਾਲ ਸੰਬੰਧਿਤ ਆਪਣਾ ਹੋਵੇਗਾ ਸੋ ਆਪਸ਼ਨ ਨੰਬਰ 4 ਸਹੀ ਹੈ ਜੀ ਪਾਸ਼ਾ ਦੀ ਗੱਲ ਬਾਇਗੋਸਕੀ ਜ਼ਰੂਰ ਕਰਦਾ ਰਿਹਾ ਪਰ ਪਿਆਜੇ ਨੇ ਗਿਆਨਮਈ ਵਿਕਾਸ ਨੂੰ ਪ੍ਰਭਾਵਿਤ ਕਰਨ ਦੇ ਲਈ ਕੋਈ ਅਜਿਹੀ ਪਾਸ਼ਾ ਦੀ ਗੱਲ ਨਹੀਂ ਕੀਤੀ ਦੋਸਤੋ 2 ਨੰਬਰ ਪ੍ਰਸ਼ਨ ਦੇਖਦੇ ਹਾਂ ਪਿਆਜੇ ਅਨੁਸਾਰ ਮਨੁੱਖਾਂ ਵਿੱਚ ਗਿਆਨਮਈ ਵਿਕਾਸ ਚਾਰ ਅਵਸਥਾਵਾਂ ਵਿੱਚ ਵਾਪਰਦਾ ਹੈ ਇਹਨਾਂ ਅਵਸਥਾਵਾਂ ਦੀ ਸਹੀ ਤਰਤੀਬ ਕਿਹੜੀ ਹੈ ਸੋ ਪਿਆਜੇ ਦਾ ਜਿਹੜਾ ਸਿਧਾਂਤ ਸੀ ਜਿਹੜੀ ਥਿਓਰੀ ਸੀ ਉਹ ਚਾਰ ਸਟੇਜਾਂ ਦੀ ਥਿਓਰੀ ਦੱਸੀ ਗਈ ਹੈ ਪਿਆਜੇ ਦੇ ਸਿਧਾਂਤ ਨੂੰ ਸਟੇਜੀ ਸਿਧਾਂਤ ਵੀ ਬੋਲਿਆ ਜਾਂਦਾ ਹੈ ਸਡੇ ਸਟੇਜ ਸਿਧਾਂਤ ਪ੍ਰਸ਼ਨ ਇਗਜ਼ਾਮੀਨਰ ਵੱਲੋਂ ਇਸ ਤਰ੍ਹਾਂ ਵੀ ਬਹੁਤ ਵਾਰੀ ਪੁੱਛਿਆ ਗਿਆ ਵੀ ਕਿਹੜੇ ਮਨੋਵਿਗਿਆਨੀ ਨੇ ਸਟੇਜ ਜੀ ਬਾਲ ਵਿਕਾਸ ਲਈ ਸਟੇਜ ਦਾ ਸਿਧਾਂਤ ਦਿੱਤਾ ਸੋ ਉਹ ਜੀਨ ਪਿਆਜੇ ਦਾ ਹੀ ਮੰਨਿਆ ਜਾਂਦਾ ਹੈ ਮਤਲਬ ਇਹਨਾਂ ਨੇ ਚਾਰ ਸਟੇਜਾਂ ਦੱਸੀਆਂ ਸੀ ਇਹੀ ਪ੍ਰਸ਼ਨ ਆਪਾਂ ਇੰਗਲਿਸ਼ ਦੇ ਵਿੱਚ ਆਪਾਂ ਪਹਿਲਾਂ ਵਾਲੇ ਲੈਕਚਰਾਂ 'ਚ ਕਰਵਾ ਸਕਿਆ ਇਹ ਤੁਹਾਡੇ ਲਈ ਸਪੈਸ਼ਲ ਪੰਜਾਬੀ ਦੇ ਵਿੱਚ ਲੈ ਕੇ ਆਂਦਾ ਹੈ ਕਿਉਂਕਿ ਬਹੁਤ ਬੱਚੇ ਕਹਿੰਦੇ ਵੀ ਸਾਨੂੰ ਪੰਜਾਬੀ 'ਚ ਵੀ ਪਤਾ ਹੋਵੇ ਕਿਹੜੀ ਕਿਹੜੀ ਸਟੇਜ ਦਾ ਕੀ ਨਾਂਗਾ ਸੋ ਸਾਰਾ ਨਹੀਂ ਪੜਦੇ ਆਪਾਂ ਆਪਸ਼ਨਾਂ ਤੁਹਾਡੇ ਧਿਆਨ ਚ ਨੇ ਆਪਸ਼ਨ ਨੰਬਰ 2 ਸਹੀ ਹੈ ਸਾਰੀਆਂ ਸਾਰੀਆਂ ਆਪਸ਼ਨਾਂ ਦੇ ਵਿੱਚ ਇਹਨਾਂ ਦੀਆਂ ਸਟੇਜਾਂ ਲਿਖੀਆਂ ਹੋਈਆਂ ਨੇ ਪਰ ਅੱਗੇ ਪਿੱਛੇ ਲਿਖੀਆਂ ਨੇ 2 ਨੰਬਰ ਆਪਸ਼ਨ ਦੇ ਵਿੱਚ ਸਹੀ ਤਰਤੀਬ ਚ ਲਿਖੀਆਂ ਨੇ ਪਹਿਲੀ ਸਟੇਜ ਆਉਂਦੀ ਹੈ ਸੰਵੇਦੀ ਪੂਰਵਕ ਸੈਂਸਰੀ ਮੋਟਰ ਪੂਰਵ ਸਿਕ੍ਰਿਆਤਮਕ ਦੂਸਰੀ ਸਟੇਜ ਹੋਗੀ ਇਹ ਪਹਿਲੀ ਇਹ ਦੂਸਰੀ ਇਹ ਤੀਸਰੀ ਮੂਰਤ ਸਿਕ੍ਰਿਆਤਮਕ ਸੋ ਚੌਥੀ ਆਪਚਾਰਕ ਸਿਕ੍ਰਿਆਤਮਕ ਸੋ ਇਹ ਚਾਰ ਸਟੇਜਾਂ ਸੀ ਜੀਨ ਪਿਆਜੇ ਦੀਆਂ ਤਰਤੀਬ ਦੇ ਅਨੁਸਾਰ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਸਮਾਵੇਸੀ ਸਿੱਖਿਆ ਸੋ ਇਨਕਲੂਸਿਵ ਐਜੂਕੇਸ਼ਨ ਜਿੱਥੇ ਮਤਲਬ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਪੜਾਉਣਾ ਉਹੀ ਸਮਾਵੇਸੀ ਸਿੱਖਿਆ ਦਾ ਮੁੱਖ ਮਕਸਦ ਹੁੰਦਾ ਹੈ ਮਤਲਬ ਕੋਈ ਵੀ ਬੱਚਾ ਕਿਸੇ ਵੀ ਚੀਜ਼ ਤੋਂ ਪ੍ਰਭਾਵਿਤ ਹੋਵੇ ਕੋਈ ਡਿਸਆਰਡਰਸ ਹੋਵੇ ਸਿੱਖਣ ਦੇ ਨਾਲ ਸੰਬੰਧਿਤ ਕਿਸੇ ਕਾਰਨ ਬੱਚੇ ਦਾ ਕੋਈ ਫਿਜ਼ੀਕਲ ਹੈਂਡੀਕੈਪਟ ਨਾਲ ਸੰਬੰਧਤ ਹੋਵੇ ਕੋਈ ਵੀ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਹੋਵੇ ਮੇਰੀ ਗੱਲ ਨੂੰ ਤੁਸੀਂ ਇਸ ਤਰੀਕੇ ਨਾਲ ਫੋਲੋ ਕਰ ਲੈਣਾ ਪਰ ਉਹਨੂੰ ਪੜਾਉਣਾ ਇੱਕੋ ਕਲਾਸ ਦੇ ਵਿੱਚ ਜਿੱਥੇ ਇੰਟੈਲੀਜੈਂਟ ਵੀ ਆ ਜਿੱਥੇ ਥੋੜਾ ਜਿਹਾ ਲੋਅਰ ਵੀ ਆ ਜਿੱਥੇ ਗਰੀਬ ਵੀ ਆ ਜਿੱਥੇ ਅਮੀਰ ਵੀ ਆ ਸਾਰੇ ਤਰ੍ਹਾਂ ਦੇ ਬੱਚੇ ਇਕੱਠੇ ਇੱਕ ਕਲਾਸ ਦੇ ਵਿੱਚ ਪੜਾਉਣੇ ਉਹੀ ਸਮਾਵੇਸੀ ਸਿੱਖਿਆ ਹੁੰਦੀ ਹੈ ਸੋ ਇਹ ਜਿਹੜੀਆਂ ਆਪਸ਼ਨਾਂ ਨੇ ਆਪਾਂ ਪੜਦੇ ਆ ਸਾਰੇ ਵਿਦਿਆਰਥੀਆਂ ਨੂੰ ਇੱਕੋ ਜਮਾਤ ਤੇ ਬਰਾਦਰੀ ਵਿੱਚ ਸ਼ਾਮਲ ਕਰਨਾ ਠੀਕ ਗੱਲ ਬਣਦੀ ਹੈ ਇਹ ਦੋ ਨੰਬਰ ਆਪਸ਼ਨ ਦੇਖਦੇ ਆ ਬੱਖੋ ਵੱਖਰੇ ਵਿਦਿਆਰਥੀਆਂ ਨੂੰ ਸਿੱਖਿਆ ਰਣਨੀਤੀਆਂ ਨਾਲ ਜਾਣੂ ਕਰਾਉਣ ਦਾ ਯਤਨ ਕਰਨਾ ਜਿਹੜੀਆਂ ਉਹਨਾਂ ਤੱਕ ਵਿਅਕਤੀਗਤ ਸਿੱਖਿਆਰਥੀ ਦੇ ਤੌਰ ਤੇ ਪਹੁੰਚਣ ਇਹ ਵੀ ਗੱਲ ਠੀਕ ਪਾਏਗੀ ਸਮਾਵੇਸੀ ਸਿੱਖਿਆ ਦੇ ਅਕੋਰਡਿੰਗ ਤਿੰਨ ਨੰਬਰ ਆਪਸ਼ਨ ਸਾਰੇ ਵਿਦਿਆਰਥੀਆਂ ਨੂੰ ਵਿਅਕਤੀਗਤ ਸਹਾਇਤਾ ਤੇ ਸਵਾਮਾ ਪ੍ਰਦਾਨ ਕਰਨਾ ਸੋ ਸਾਰੇ ਸਾਰੇ ਗੱਲ ਆਈ ਜਾਂਦੀ ਹੈ ਮਤਲਬ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਕਰਨਾ ਆਪਸ਼ਨ ਨੰਬਰ 4 ਸਹੀ ਹੈ ਜੀ ਉਪਰੋਕਤ ਸਾਰੇ ਸਮਾਵੇਸੀ ਸਿੱਖਿਆ ਸਾਰੀਆਂ ਆਪਸ਼ਨਾਂ ਦੇ ਮੁਤਾਬਕ ਹੈ ਅਗਲਾ ਪ੍ਰਸ਼ਨ ਜੀ 4 ਨੰਬਰ ਪ੍ਰਸ਼ਨ ਇੱਕ ਬੱਚੀ ਕਹਿੰਦੀ ਹੈ ਕਿ ਚੋਰੀ ਕਰਨਾ ਗਲਤ ਹੈ ਕਿਉਂਕਿ ਉਸ ਨੂੰ ਫੜਿਆ ਜਾ ਸਕਦਾ ਹੈ ਮਤਲਬ ਇੱਕ ਬੱਚੀ ਦੀ ਇੰਨੀ ਕ ਸਮਝ ਬਣ ਚੁੱਕੀ ਹੈ ਉਹ ਇਸ ਉਮਰ ਜੀ ਚ ਪਹੁੰਚ ਗਈ ਜਿੱਥੇ ਉਹ ਇਹ ਸਮਝ ਸਕਦੀ ਹੈ ਵੀ ਚੋਰੀ ਕਰਨਾ ਗਲਤ ਹੈ ਉਹਨੂੰ ਫੜਿਆ ਜਾ ਸਕਦਾ ਹੈ ਉਹ ਕੋਲ ਵਰਗ ਦੇ ਡੈਸ਼ ਪੜਾਅ ਵਿੱਚ ਹੋਵੇਗੀ ਸੋ ਕੋਲ ਵਰਗ ਨੇ ਉਮਰ ਦੇ ਨਾਲ ਸਮਝ ਦੇ ਨਾਲ ਉਮਰ ਦੇ ਮੁਤਾਬਕ ਪੜਾਅ ਦੱਸੇ ਸੀਗੇ ਉਹ ਪੜਾਅ ਦੇ ਵਿੱਚ ਕਿਹੜੇ ਪੜਾਅ ਚ ਹੋਊਗੀ ਕੋਲਵਰਗ ਦੇ ਵਿੱਚ ਪੜਦੇ ਆਪਾਂ ਸਜ਼ਾ ਅਤੇ ਆਗਿਆਕਾਰਤਕ ਮੁਖੀਕਰਨ ਪੜਾਅ ਦੇ ਵਿੱਚ ਚੰਗਾ ਮੁੰਡਾ ਜਾਂ ਚੰਗੀ ਕੁੜੀ ਨੈਤਿਕਤਾ ਦੇ ਪੜਾਅ ਵਿੱਚ ਅਧਿਕਾਰ ਅਤੇ ਸਮਾਜਿਕ ਬਵਿਸਥਾ ਬਣਾਏ ਰੱਖਣਾ ਵਿਅਕਤੀਵਾਦ ਅਤੇ ਬਟਾਂਦਰੇ ਦੇ ਸੋ ਆਪਸ਼ਨ ਨੰਬਰ 1 ਸਹੀ ਹੈ ਜੀ ਕੋਲਵਰਗ ਦਾ ਇਹ ਪੜਾਅ ਇਸ ਬੱਚੀ ਦੀ ਸਮਝ ਦੇ ਅਕੋਰਡਿੰਗ ਸਹੀ ਬੈਠੂਗਾ ਸਜ਼ਾ ਉਹਨੂੰ ਸਜ਼ਾ ਦਾ ਡਰ ਵੀ ਹੈ ਕਿਉਂਕਿ ਉਹ ਫੜੀ ਜਾ ਸਕਦੀ ਹੈ ਜੇ ਚੋਰੀ ਕਰੂਗੀ ਸਜ਼ਾ ਦਾ ਡਰ ਵੀ ਹੈ ਆਗਿਆਕਾਰ ਵੀ ਆਹੋ ਉਹਦੀ ਸਮਝ ਵੀ ਬਣ ਚੁੱਕੀ ਆ ਵੀ ਚੋਰੀ ਕਰਨਾ ਗਲਤ ਹੈ ਇਹ ਦੋਨੇ ਗੱਲਾਂ ਦਾ ਸਬੰਧ ਤਾਂ ਆਪਸ਼ਨ ਨੰਬਰ 1 ਸਹੀ ਹੈ ਜੀ 5 ਨੰਬਰ ਪ੍ਰਸ਼ਨ ਦੋਸਤੋ ਆਟਿਸਮ ਦਾ ਵਿਸ਼ੇਸ਼ ਲੱਛਣ ਹੈ ਇਕਾਗਰ ਨਾ ਹੋਣਾ ਪਛਾਈ ਕੌਸ਼ਲ ਦੀ ਘਾਟ ਕਮਜ਼ੋਰ ਸਮਾਜਿਕ ਗਿਆਨ ਖਾਣ ਪੀਣ ਦੀ ਮਾੜੀ ਆਦਤ ਸੋ ਆਟイズਮ ਜਿਹੜਾ ਹੈਗਾ ਡਿਸਆਰਡਰ ਉਹਦਾ ਜਿਹੜਾ ਵਿਸ਼ੇਸ਼ ਲੱਛਣ ਹੈਗਾ ਹੇਠ ਲਿਖੇ ਆਪਸ਼ਨਾਂ ਦੇ ਵਿੱਚੋਂ 3 ਨੰਬਰ ਆਪਸ਼ਨ ਦੇ ਨਾਲ ਜਾਵਾਂਗੇ ਜੀ ਕਮਜ਼ੋਰ ਸਮਾਜਿਕ ਗਿਆਨ ਸੋ ਉਸ ਬੱਚੇ ਨੂੰ ਜਿਹੜਾ ਆਟイズਮ ਤੋਂ ਪ੍ਰਭਾਵਿਤ ਹੁੰਦਾ ਉਹਨੂੰ ਸਮਾਜ ਦਾ ਕਮਜ਼ੋਰ ਉਹ ਸਮਾਜ ਦੇ ਗਿਆਨ ਤੋਂ ਪ੍ਰਭਾਵਿਤ ਹੁੰਦਾ ਹੈ ਮਤਲਬ ਕਮਜ਼ੋਰ ਗਿਆਨ ਹੁੰਦਾ ਉਹਨੂੰ ਕਿਤੇ ਨਾ ਕਿਤੇ ਉਹ ਸਮਾਜ ਨੂੰ ਉਸ ਤਰ੍ਹਾਂ ਫੋਲੋ ਨਹੀਂ ਕਰਦਾ ਜਿਵੇਂ ਉਹਦੇ ਰੂਲ ਮੁਤਾਬਕ ਸਮਾਜ ਦੇ ਅਕੋਰਡਿੰਗ ਆਪਾਂ ਚੱਲਣਾ ਹੁੰਦਾ 6 ਨੰਬਰ ਪ੍ਰਸ਼ਨ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਮਨੋਵਿਗਿਆਨਕ ਵਿਚਾਰਧਾਰਾ ਵਿੱਚ ਸਖਲਾਈ ਦੀ ਸਮਝ ਜੌਨ ਲੋਕ ਦੇ ਵਿਚਾਰਾਂ ਤੇ ਆਧਾਰਿਤ ਹੈ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੌਨ ਲੋਕ ਬਹੁਤ ਮਸ਼ਹੂਰ ਹੋਏ ਨੇ ਮਨੋਵਿਸ਼ਲੇਸ਼ਣ ਵਿਵਹਾਰਵਾਦ ਮਾਨਵਵਾਦ ਗਿਆਨਵਾਦ ਸੋ ਆਪਸ਼ਨ ਨੰਬਰ 2 ਸਹੀ ਹੈ ਜੀ ਜੌਨ ਲੋਕ ਵੀ ਵਿਵਹਾਰਵਾਦ ਦੀ ਗੱਲ ਕਰਦਾ ਸੀ 7 ਨੰਬਰ ਪ੍ਰਸ਼ਨ ਦੋਸਤੋ ਆਈਈਪੀ ਨੂੰ ਕਿਹਾ ਜਾਂਦਾ ਹੈ ਆਈ ਈ ਪੀ ਦੀ ਫੁੱਲ ਫਾਰਮ ਦੱਸਣੀ ਆਪਾਂ ਆਈ ਈ ਪੀ ਇੰਡੀਵਿਜੂਅਲੀ ਐਜੂਕੇਟਿਡ ਪੀਪਲ ਇੰਡੀਵਿਜੂਅਲ ਐਜੂਕੇਸ਼ਨ ਪ੍ਰੋਗਰਾਮ ਇੰਟਰਮ ਇਵੈਲੂਏਸ਼ਨ ਪਲਾਨ ਇੰਡੀਪੈਂਡੈਂਟ ਐਜੂਕੇਸ਼ਨ ਪ੍ਰੋਪੋਜ਼ਲ ਸੋ ਆਈ ਈ ਪੀ ਨੂੰ ਕਿਹਾ ਜਾਂਦਾ ਜੀ ਆਪਸ਼ਨ ਨੰਬਰ 2 ਦੇ ਨਾਲ ਜਾਵਾਂਗੇ ਦੋਸਤੋ 7 ਨੰਬਰ ਪ੍ਰਸ਼ਨ ਦਾ ਆਪਸ਼ਨ ਨੰਬਰ 2 ਸਹੀ ਹੈ ਇੰਡੀਵਿਜੂਅਲ ਐਜੂਕੇਸ਼ਨ ਪ੍ਰੋਗਰਾਮ ਆਪਸ਼ਨ ਨੰਬਰ 2 ਸਹੀ ਹੈ ਜੀ 8 ਨੰਬਰ ਪ੍ਰਸ਼ਨ ਦੇਖਦੇ ਆਂ ਜੀ ਬੋਹਾਰ ਵਿਅਕਤੀ ਅਤੇ ਵਾਤਾਵਰਨ ਵਿਚਕਾਰ ਅੰਤਰਕਿਰਿਆ ਬਾਰੇ ਵੈਂਡੂਰਾ ਦੁਆਰਾ ਪ੍ਰਤੀਪਾਦਿਤ ਮਾਡਲ ਖਵਾਉਂਦਾ ਹੈ ਸੋ ਇੱਥੇ ਮਾਡਲ ਹੈਗਾ ਬੋਹਾਰ ਵਿਅਕਤੀ ਅਤੇ ਵਾਤਾਵਰਨ ਦੇ ਵਿਚਕਾਰ ਇੱਕ ਵਿਅਕਤੀ ਹੈ ਤੇ ਉਹਦਾ ਵਾਤਾਵਰਨ ਹੈ ਉਹਨਾਂ ਦੇ ਵਿਚਕਾਰ ਅੰਤਰ ਕਿਰਿਆ ਬਾਰੇ ਬੰਡੂਰਾ ਦੁਆਰਾ ਪ੍ਰਤੀਬੱਧਤ ਮਾਡਲ ਜਿਹੜਾ ਉਹ ਕੀ ਅਖਵਾਉਂਦਾ ਜੀ ਵਾਤਾਵਰਣ ਵਿਗਿਆਨ ਮਾਡਲ ਮਾਡਲ ਕੋ ਅਖਵਾਉਂਦਾ ਸਮਰੂਪਤਾ ਮਾਡਲ ਅਖਵਾਉਂਦਾ ਹੈ ਚੱਕਰੀ ਮਾਡਲ ਦੋ ਤਰਫਾ ਨਿੱਜੀਵਾਦੀ ਮਾਡਲ ਸੋ ਬੰਡੂਰਾ ਦੀ ਜੀ ਥਿਉਰੀ ਤੁਸੀਂ ਪੜ੍ਹੀ ਹੋਵੇ ਤੁਸੀਂ ਤਾਂ ਇਸ ਗੱਲ ਨੂੰ ਸਮਝ ਸਕਦੇ ਹੋ ਸੋ ਚਾਰ ਨੰਬਰ ਆਪਸ਼ਨ ਸਹੀ ਹੈ ਜੀ ਦੋ ਤਰਫਾ ਨਿੱਜੀਵਾਦੀ ਮਾਡਲ ਅਖਵਾਉਂਦਾ ਹੈਗਾ ਇਸ ਦੇ ਅਕੋਰਡਿੰਗ ਜਦੋਂ ਇੱਕ ਬਵਿਹਾਰ ਹੈ ਬੰਦੇ ਦਾ ਵਿਅਕਤੀ ਦਾ ਉਸ ਵਿਅਕਤੀ ਦੇ ਵਾਤਾਵਰਣ ਦੇ ਵਿਚਕਾਰ ਅੰਤਰ ਕਿਰਿਆ ਦੇ ਬਾਰੇ ਦੇ ਵਿੱਚ ਜਿਹੜੀ ਗੱਲਬਾਤ ਸੀਗੀ ਉਹ ਬੰਡੂਰਾ ਨੇ ਇਸ ਮਾਡਲ ਦੇ ਤਹਿਤ ਆਪੇਸ਼ ਕੀਤੀ ਸੀ ਦੋ ਤਰਫਾ ਨਿਜੀਵਾਦੀ ਮਾਡਲ 9 ਨੰਬਰ ਦੋਸਤੋ ਲਿਟਲ ਐਲਵਰਟ ਐਲਵਰਟ ਦੇ ਕਿਸ ਨੇ ਤੇ ਕਿਸ ਨੇ ਅਨੁਕੂਲਨ ਦੁਆਰਾ ਸਖਲਾਈ ਸੰਬੰਧੀ ਦਾ ਪ੍ਰਸਿੱਧ ਪ੍ਰਯੋਗ ਕੀਤਾ ਵੈਰੀ ਇੰਪੋਰਟੈਂਟ ਹੈ ਜੀ ਲਿਟਲ ਐਲਵਰਟ ਇਸਤੇ ਮਤਲਬ ਇਹ ਇਹ ਇੱਕ ਬੱਚਾ ਸੀਗਾ ਲਿਟਲ ਐਲਵਰਟ ਇਹਦੇ ਉੱਤੇ ਕਿਸ ਨੇ ਅਨੁਕੂਲਨ ਦੁਆਰਾ ਸਿਖਲਾਈ ਸੰਬੰਧੀ ਦਾ ਪ੍ਰਸਿੱਧ ਪ੍ਰਯੋਗ ਕੀਤਾ ਪੈਵਲਨ ਨੇ ਸਕਿਨਰ ਨੇ ਵਾਟਸਨ ਨੇ ਥਾਰਨਡਾਇਕ ਸੋ 9 ਨੰਬਰ ਆਫ ਪ੍ਰਸ਼ਨ ਦੇ ਅਕੋਰਡਿੰਗ ਆਪਾਂ ਤਿੰਨ ਨੰਬਰ ਆਪਸ਼ਨ ਦੇ ਨਾਲ ਜਾਵਾਂਗੇ ਇਹ ਗੱਲ ਵਾਟਸਨ ਨੇ ਕੀਤੀ ਸੀ ਜੀ ਲਿਟਲ ਐਲਵਰਟ ਜਿਹੜਾ ਬੱਚਾ ਸੀ ਉਹਤੇ ਮਤਲਬ ਜਿਹੜਾ ਹੈਗਾ ਸੀ ਪ੍ਰਯੋਗ ਕੀਤਾ ਸੀ ਵਾਟਸਨ ਨੇ 10 ਨੰਬਰ ਪ੍ਰਸ਼ਨ ਦੋਸਤੋ ਕਿਹੜੇ ਚਿੰਤਕ ਨੇ ਬੁਨਿਆਦੀ ਮਾਨਸਿਕ ਪ੍ਰਾਇਮਰੀ ਮੈਂਟਲ ਅਬਿਲਿਟੀ ਸਮਰੱਥਾ ਦਾ ਸੰਕਲਪ ਦਿੱਤਾ ਸੋ ਕਿਹੜਾ ਚਿੰਤਕ ਸੀ ਕਿਹੜਾ ਮਨੋਵਿਗਿਆਨੀ ਸੀ ਜਿਨੇ ਬੁਨਿਆਦੀ ਮਾਨਸਿਕ ਮਤਲਬ ਪ੍ਰਾਇਮਰੀ ਮੈਂਟਲ ਅਬਿਲਿਟੀ ਸਮਰੱਥਾ ਦਾ ਸੰਕਲਪ ਦਿੱਤਾ ਥਰਸਟਨ ਨੇ ਸਪੀਅਰਮੈਨ ਨੇ ਗਾਰਡਨ ਨੇ ਗਿਲਫਰਡ ਨੇ ਸੋ 10 ਨੰਬਰ ਪ੍ਰਸ਼ਨ ਦੇ ਅਕੋਰਡਿੰਗ ਆਪਾਂ ਥਰਸਟਨ ਦੀ ਗੱਲ ਕਰਾਂਗੇ ਜੀ ਥਰਸਟਨ ਨੇ ਕੀਤੀ ਸੀ ਇਹ ਗੱਲ ਪ੍ਰਾਇਮਰੀ ਮੈਂਟਲ ਅਬਿਲਿਟੀ ਦੀ ਜਿਹੜੀ ਗੱਲਬਾਤ ਕੀਤੀ ਸੀਗੀ ਉਹ ਥਿਉਰੀ ਦਿੱਤੀ ਸੀ ਉਹ ਥਰਸਟਨ ਨੇ ਬੋਲਿਆ ਸੀ ਇਹ ਗੱਲਾਂ 11 ਨੰਬਰ ਪ੍ਰਸ਼ਨ ਦੋਸਤੋ ਸਮਾਜਿਕ ਨਿਰਮਾਣਤਾ ਅਨੁਸਾਰ ਗਿਆਨ ਗਿਆਨ ਆਤਮਕ ਵਿਕਾਸ ਜੀਨਸ ਤੇ ਨਿਰਧਾਰਿਤ ਹੁੰਦਾ ਹੈ ਬੁਨਿਆਦੀ ਤੌਰ ਤੇ ਆਪਣੇ ਸੱਭਿਆਚਾਰ ਨਾਲ ਸੰਬੰਧਿਤ ਹੁੰਦਾ ਹੈ ਸੱਭਿਆਚਾਰ ਦੀ ਭਾਸ਼ਾ ਤੇ ਸੰਦਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ ਸਰਬ ਵਿਆਪੀ ਹੈ ਅਤੇ ਆਮ ਰੁਝਾਨ ਨੂੰ ਅਪਣਾਉਂਦਾ ਹੈ ਸਮਝਰ ਵਾਲਾ ਪ੍ਰਸ਼ਨ ਹੈ ਦੋਸਤੋ 11 ਨੰਬਰ ਪ੍ਰਸ਼ਨ ਸੋ 2 ਨੰਬਰ ਆਪਸ਼ਨ ਦੇ ਨਾਲ ਜਾਵਾਂਗੇ ਆਪਾਂ ਬੁਨਿਆਦੀ ਤੌਰ ਤੇ ਆਪਣੇ ਸੱਭਿਆਚਾਰ ਨਾਲ ਸੰਬੰਧਿਤ ਹੁੰਦਾ ਹੈ ਸਮਾਜਿਕ ਨਿਰਮਾਣਤਾ ਅਨੁਸਾਰ ਗਿਆਨਾਤਮਕ ਵਿਕਾਸ ਜੋ ਸਮਾਜ ਦੀ ਜਿਹੜੀ ਘੜਤ ਚੱਲ ਰਹੀ ਹੈ ਪਰੰਪਰਾ ਚੱਲ ਰਹੀ ਹੈ ਉਹਦੇ ਅਨੁਸਾਰ ਜਿਹੜਾ ਗਿਆਨ ਹੁੰਦਾ ਉਹਦੇ ਅਨੁਸਾਰ ਗਿਆਨ ਦਾ ਜਿਹੜਾ ਵਿਕਾਸ ਹੁੰਦਾ ਇੱਕ ਬੱਚੇ 'ਚ ਤੁਸੀਂ ਇੱਕ ਬੱਚੇ ਨੂੰ ਆਪਣੇ ਸਮਾਜ 'ਚ ਪਾਲ ਰਹੇ ਹੋ ਉਹ ਉਸੇ ਸਮਾਜ ਦੇ ਰੀਤੀ ਰਿਵਾਜ ਪਰੰਪਰਾ ਸਾਰਾ ਕੁਝ ਸਿੱਖੂਗਾ ਉਹਦਾ ਵਿਕਾਸ ਹੋਊਗਾ ਉਹ ਕਿਹਦੇ ਨਾਲ ਜੁੜਿਆ ਹੁੰਦਾ ਹੈ ਬੁਨਿਆਦ ਦੇ ਨਾਲ ਜੁੜਿਆ ਹੁੰਦਾ ਤੁਹਾਡੀ ਬੁਨਿਆਦ ਕੀ ਹੈ ਜੇ ਤੁਸੀਂ ਆਪਣੇ ਸਮਾਜ ਤੋਂ ਉਹਨੂੰ ਕਿਤੇ ਹੋਰ ਜਾ ਕੇ ਹੋਰ ਸੱਭਿਆਚਾਰ ਚ ਪਾਲੋ ਤਾਂ ਉਹ ਉੱਥੋਂ ਦੇ ਰੀਤੀ ਰਿਵਾਜ ਸਿੱਖੂਗਾ ਤੁਸੀਂ ਇੱਥੋਂ ਰਿਲੇਟ ਕਰ ਲਿਓ ਗੱਲ ਨੂੰ ਆਪਸ਼ਨ ਨੰਬਰ 2 ਬੁਨਿਆਦੀ ਤੌਰ ਤੇ ਆਪਣੇ ਸੱਭਿਆਚਾਰ ਨਾਲ ਸਵੰਮ ਸੰਬੰਧਿਤ ਹੁੰਦਾ ਹੈ ਤਾਂ ਹੀ ਉਹ ਗਿਆਨ ਆਤਮਕ ਵਿਕਾਸ ਉਹਦਾ ਵੱਧਾਗਾ ਸਮਾਜ ਨਿਰਮਾਤ ਦੇ ਆਧਾਰ ਤੇ 12 ਨੰਬਰ ਪ੍ਰਸ਼ਨ ਦੇਖਦੇ ਆ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਅਵਸਥਾ ਵਿੱਚ ਮਨੁੱਖ ਵਿਦੇਰੇ ਭਾਵਨਾਤਮਕ ਅਤੇ ਸਰੀਰਕ ਕਿਰਿਆਤਮਕ ਅਨੁਕ੍ਰਿਆਦਾ ਤਿਆਰਬਾ ਕਰਦਾ ਹੈ ਸੋ ਜਿਹੜੀਆਂ ਬੱਚੇ ਨੂੰ ਵਿਕਾਸ ਦੀਆਂ ਸਟੇਜਾਂ ਹੁੰਦੀਆਂ ਨੇਗੀਆਂ ਸੋ ਜਿਵੇਂ ਸ਼ਿਸ਼ੂ ਕਾਲ ਇਸ ਤਰ੍ਹਾਂ ਦੀਆਂ ਅਵਸਥਾਵਾਂ ਹੁੰਦੀਆਂ ਨੇਗੀਆਂ ਬਚਪਨ ਦੀ ਅਵਸਥਾ ਹੁੰਦੀ ਹੈ ਕਿ ਕਿਸ਼ੋਰ ਅਵਸਥਾ ਹੁੰਦੀ ਹੈ ਪ੍ਰੋੜ ਅਵਸਥਾ ਹੁੰਦੀ ਹੈ ਇਨ੍ਹਾਂ ਅਵਸਥਾਵਾਂ ਦੇ ਵਿੱਚੋਂ ਕਿਹੜੀ ਅਜਹੀ ਅਵਸਥਾ ਜਿਹਦੇ ਵਿੱਚ ਬੱਚਾ ਭਾਵਨਾਤਮਕ ਤੌਰ ਤੇ ਵੀ ਪ੍ਰਭਾਵਿਤ ਜਿਆਦਾ ਹੁੰਦਾ ਤੇ ਸਰੀਰਕ ਕਿਰਿਆਤਮਕ ਅਨੁਕ੍ਰਿਆ ਦਾ ਤਜਰਬਾ ਕਰਦਾ ਸਰੀਰਕ ਚੇਂਜਸ ਵੀ ਬੜੇ ਨੇ ਉਹਦੇ ਸ਼ਿਸ਼ੂ ਅਵਸਥਾ ਕਿਸ਼ੋਰ ਅਵਸਥਾ ਮੱਧਵਾਲ ਅਵਸਥਾ ਬਾਲਗ ਅਵਸਥਾ ਸੋ ਆਪਸ਼ਨ ਨੰਬਰ 2 ਦੇ ਨਾਲ ਜਾਵਾਂਗੇ ਜੀ ਕਿਸ਼ੋਰ ਅਵਸਥਾ ਦੇ ਨਾਲ ਜਾਵਾਂਗੇ ਜਦੋਂ ਉਹਦੀਆਂ ਭਾਵਨਾਵਾਂ ਖੁੱਲ ਕੇ ਬਾਹਰ ਆਉਂਦੀਆਂ ਬੱਚਾ ਭਾਵਨਾਵਾਂ ਨੂੰ ਮਤਲਬ ਫੀਲਿੰਗ ਪੈਦਾ ਹੁੰਦੀਆਂ ਉਹਦੇ ਅੰਦਰ ਵੱਡੇ ਪੱਧਰ ਤੇ ਫੀਲਿੰਗ ਜੇ ਤਾਂ ਛੋਟੇ ਮਤਲਬ ਬਰਲੀਆਂ ਪੜਾਵਾਂ ਚ ਵੀ ਆ ਜਾਂਦੀਆਂ ਨੇ ਪਰ ਵੱਡੇ ਪੱਧਰ ਤੇ ਫੀਲਿੰਗ ਜਦੋਂ ਉਹਦੀਆਂ ਤਬਦੀਲੀਆਂ ਹੀ ਆਉਂਦੀਆਂ ਜ਼ਿਆਦਾਤਰ ਤੇ ਸਰੀਰਕ ਕਿਰਿਆਤਮਕ ਅਨੁਕਰਿਆ ਦਾ ਤਿਆਰਬਾ ਵੀ ਉਹਦਾ ਬਹੁਤ ਹੁੰਦਾ ਹੈ 13 ਨੰਬਰ ਪ੍ਰਸ਼ਨ ਦੋਸਤੋ ਪਿਆਜੇ ਅਨੁਸਾਰ ਇੱਕ ਬੱਚਾ ਗਿਆਨਮਈ ਵਿਕਾਸ ਕਰਨ ਦੀ ਕਿਹੜੀ ਅਵਸਥਾ ਤੇ ਹੁੰਦਾ ਹੈ ਜਦੋਂ ਉਹ ਕਿਸੇ ਵਸਤੂ ਦੇ ਸਥਾਈ ਹੋਣ ਬਾਰੇ ਪਛਾਣ ਕਰ ਸਕਦਾ ਹੈ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਪਿਆਜੇ ਦਾ ਟੈਟ ਦੇ ਵਿਦਿਆਰਥੀਆਂ ਨੂੰ ਜਿਹੜੇ ਪੀਐਸ ਟੈਟ ਵਾਲੇ ਵਿਦਿਆਰਥੀ ਨੇ ਨਾ ਉਹਨਾਂ ਨੂੰ ਇਹ ਪ੍ਰਸ਼ਨ ਕਿਵੇਂ ਨਾ ਕਿਵੇਂ ਪੁੱਛਿਆ ਹੀ ਜਾਂਦਾ ਟੇਡੇ ਵਿੰਗੇ ਢੰਗ ਨਾਲ ਵਸਤੂ ਸਥਾਈਪੁਣੇ ਨਾਲ ਸੰਬੰਧਿਤ ਪ੍ਰਸ਼ਨ ਆ ਜਾਂਦਾ ਇਹ ਸੋ ਪਿਆਜੇ ਦੇ ਅਨੁਸਾਰ ਇੱਕ ਬੱਚਾ ਗਿਆਨਮਈ ਵਿਕਾਸ ਕਰਨ ਦੀ ਕਿਹੜੀ ਅਵਸਥਾ ਤੇ ਹੁੰਦਾ ਜਦੋਂ ਉਹ ਕਿਸੇ ਵਸਤੂ ਦੇ ਸਥਾਈ ਮਤਲਬ ਪਤਾ ਲੱਗ ਜੇ ਉਹਨੂੰ ਵੀ ਆਹ ਚੀਜ਼ ਹੈਗੀ ਆ ਇੱਥੇ ਸ਼ਾਮਲ ਹੈਗੀ ਹੋਣ ਬਾਰੇ ਪਛਾਣ ਕਰਦਾ ਸੰਵੇਦੀ ਪ੍ਰੇਰਕ ਅਵਸਥਾ ਪੂਰਵ ਸਕਾਰਾਤਮਕ ਅਵਸਥਾ ਇਹਦੀਆਂ ਚਾਰ ਵਿਵਸਥਾ ਦੱਸਤੀਆਂ ਆ ਉਹਦੀਆਂ ਸੋ ਉਹ ਆਪਸ਼ਨ ਨੰਬਰ 1 ਦੇ ਨਾਲ ਜਾਵਾਂਗੇ ਪਹਿਲੀ ਅਵਸਥਾ ਜੀ ਇਹ ਪਛਾਣ ਕਰ ਲੈਂਦਾ ਜੀ ਉਹਦੀ ਸੰਵੇਦੀ ਪ੍ਰੇਰਕ ਅਵਸਥਾ ਦੇ ਵਿੱਚ ਇਹ ਮਤਲਬ ਪਿਛਲੇ ਸਮੇਂ ਦੇ ਚ ਅਵਸਥਾ 0 ਤੋਂ 2 ਸਾਲ ਦੀ ਹੁੰਦੀ ਹੈ ਇਹ ਗੱਲ ਨੂੰ ਯਾਦ ਰੱਖਿਓ 0 ਤੋਂ 2 ਸਾਲ ਦੀ ਅਵਸਥਾ ਹੁੰਦੀ ਹੈ ਲਾਸਟ ਮਹੀਨਿਆਂ ਦੇ ਚ ਜਿਵੇਂ 18 ਤੋਂ 24 ਮਹੀਨਿਆਂ ਦੇ ਵਿਚਕਾਰ ਇਹ ਮਤਲਬ ਆਖਰੀ ਮਹੀਨਿਆਂ ਦੇ ਵਿੱਚ ਇਸ ਇਸ ਅਵਸਥਾ ਦੇ ਆਖਰੀ ਸਮੇਂ ਦੇ ਚ ਇਸ ਚੀਜ਼ ਦੀ ਪਹਿਚਾਣ ਕਰਨੀ ਸ਼ੁਰੂ ਕਰਦਾ ਹੈ 14 ਨੰਬਰ ਪ੍ਰਸ਼ਨ ਦੋਸਤੋ ਵਾਇਗੋਸਕੀ ਗਿਆਨਮਈ ਵਿਕਾਸ ਨੂੰ ਕਿਵੇਂ ਵਿਖਾਉਂਦਾ ਹੈ? ਪਾਸ਼ਾਉਦੀਪਨ ਅਨੁਕਿਰਿਆ ਸਬੰਧਾਂ ਦੀ ਤਰਤੀਬ ਵਾਂਗ ਅਨੁਵੰਸ਼ਕਾ ਰੂਪ ਤੋਂ ਪੂਰਵ ਨਿਰਮਾਣ ਨਿਰਧਾਰਤ ਤੌਰ ਤੇ ਉਹਨਾਂ ਦੇ ਵਿਕਾਸ ਕਰਮ ਦੌਰਾਨ ਪਰਿਵਰਤਨ ਦੇ ਅਧੀਨ ਸਹਿਯੋਗੀ ਪ੍ਰਕਿਰਿਆ ਦੁਆਰਾ ਜਿੱਥੇ ਬੱਚੇ ਸਮਾਜਿਕ ਅਤੇ ਸੱਭਿਆਚਾਰਕ ਅਨੁਪਵਾਾਰਾਹੀਂ ਸਿੱਖਦੇ ਹਨ। ਤੁਸੀਂ ਪ੍ਰਸ਼ਨ ਨੂੰ ਸਮਝ ਗਏ ਹੋਵੋਗੇ ਵਾਇਗੋਸਕੀ ਗੱਲ ਕਰਦਾ ਸੀ ਸਮਾਜ ਦੀ ਸੱਭਿਆਚਾਰ ਦੀ ਪਾਸ਼ਾ ਦੀ ਸੋ ਬਾਇਗੋਸਕੀ ਨਾਲ ਸੰਬੰਧਿਤ ਪ੍ਰਸ਼ਨ ਹੈ ਗਿਆਨਮਈ ਵਿਕਾਸ ਨੂੰ ਕਿਵੇਂ ਵਿਖਾਉਂਦਾ ਹੈਗਾ ਬਾਇਗੋਸਕੀ ਸੋ ਉਸ ਵਿੱਚ ਸਾਰਾ ਪ੍ਰਸ਼ਨ ਤੁਹਾਨੂੰ ਦੱਸ ਗਿਆ ਉੱਤਰ ਵੀ ਦੱਸ ਗਿਆ অপਸ਼ਨ ਨੰਬਰ 4 ਸਹੀ ਹੈ 15 ਨੰਬਰ ਪ੍ਰਸ਼ਨ ਦੋਸਤੋ ਬੱਚੇ ਦੇ ਅਸਲ ਵਿਕਾਸਮਤ ਪੱਧਰ ਤੇ ਸੰਭਾਵੀ ਵਿਕਾਸਮਤ ਪੱਧਰ ਵਿਚਕਾਰ ਅੰਤਰ ਨੂੰ ਕਿਹਾ ਜਾਂਦਾ ਸੋ ਬੱਚੇ ਦਾ ਦੇਖੋ ਪਹਿਲਾ ਤਾਂ ਉਹਦਾ ਆਪਦਾ ਗਿਆਨ ਹੈ ਜਿਹੜਾ ਜਿਹੜੇ ਬੱਚੇ ਕੋਲੇ ਉਦੇ ਵਿਕਾਸ ਦਾ ਮਤਲਬ ਆਪ ਦਾ ਗਿਆਨ ਹੈ ਇੱਕ ਸੰਭਾਵੀ ਸੰਭਾਵੀ ਹੁੰਦਾ ਵੀ ਇੱਥੋਂ ਤੱਕ ਪਹੁੰਚੂਗਾ ਬੱਚਾ ਗਿਆਨ ਨੂੰ ਹਨ ਲੈ ਕੇ ਹਨ ਮਤਲਬ ਇਹ ਪੜਾਅ ਨੂੰ ਪਾਰ ਕਰੂਗਾ ਇੱਥੋਂ ਤੱਕ ਪਹੁੰਚ ਸਕਦਾ ਹੈਗਾ ਸੋ ਇਹ ਇਹਨਾਂ ਦੇ ਅੰਤਰ ਨੂੰ ਕੀ ਕਿਹਾ ਜਾਂਦਾ ਹੈ ਅਨੁਕੂਲਤਮਕ ਵਿਕਾਸ ਖੇਤਰ ਨਿਕਟ ਵਿਕਾਸ ਖੇਤਰ ਬੌਧਿਕ ਵਿਕਾਸ ਖੇਤਰ ਸਧਾਰਨ ਵਿਕਾਸ ਖੇਤਰ ਸੋ ਨਿਕਟ ਵਿਕਾਸ ਖੇਤਰ ਉਹ ਲੈ ਜਾਂਦਾ ਜੀ অপਸ਼ਨ ਨੰਬਰ 2 ਸਹੀ ਹੈ ਬੱਚੇ ਦਾ ਇੱਕ ਤਾਂ ਅਸਲ ਵਿਕਾਸਮਤਕ ਪੱਧਰ ਹੋ ਗਿਆ ਅਸਲ ਗਿਆਨ ਹੋ ਗਿਆ ਮਤਲਬ ਉਹਦਾ ਇੱਕ ਅਸੀਂ ਸੰਭਾਵਤ ਮਤਲਬ ਹੁੰਦਾ ਵੀ ਸੁਭਾਵਨਾ ਲਾ ਲੈਨੇ ਆ ਵੀ ਇੱਥੋਂ ਤੱਕ ਜਾਊਗਾ ਵਿਕਾਸਮਤਕ ਪੱਧਰ ਇਹਨਾਂ ਦਾ ਜਿਹੜਾ ਵਿਚਕਾਰਲਾ ਅੰਤਰ ਹੁੰਦਾ ਉਹਨੂੰ ਕੀ ਬੋਲਿਆ ਜਾਂਦਾ ਹੈ ਉਹ ਹੈ ਜੀ ਆਪਸ਼ਨ ਨੰਬਰ 2 ਨਿਕਟ ਵਿਕਾਸ ਪੱਧਰ ਸੋ ਦੋਸਤੋ ਇਹ ਸੀ 15 ਵੈਰੀ ਇੰਪੋਰਟੈਂਟ ਸਾਈਕੋਲੋਜੀ ਦੇ ਨਾਲ ਸੰਬੰਧਿਤ ਐਮਸੀਕਿਊ ਸੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਨੋਟ ਹੈ ਤੁਹਾਡੇ ਲਈ ਇੱਕ ਵੈਰੀ ਇੰਪੋਰਟੈਂਟ ਨੋਟ ਹੈ ਅੰਗਨwadi ਸੁਪਰਵਾਈਜ਼ਰ ਦੇ ਜਿਹੜੇ ਤਿਆਰੀ ਕਰ ਰਹੇ ਬੱਚੇ ਨੇ ਉਹਨਾਂ ਦੇ ਆਪਾਂ ਨੋਟਸ ਤਿਆਰ ਕੀਤੇ ਹੋਏ ਨੇ ਐਂਟੀਟੀ ਦੇ ਤਾਂ ਆਪਣੇ ਵੈਬਸਾਈਟ ਤੇ ਪਾਏ ਹੋਏ ਨੇ ਤੁਸੀਂ ਉਥੋਂ ਪਰਚੇਜ਼ ਕਰ ਸਕਦੇ ਹੋ ਸਿੱਧਾ ਵੈਬਸਾਈਟ ਤੋਂ ਜਾ ਕੇ ਗੁਰੂ ਸਟਡੀ ਪੁਆਇੰਟ ਚੈਨਲ ਦੀ ਵੈਬਸਾਈਟ ਤੁਸੀਂ Google 'ਚ ਸਰਚ ਕਰ ਲਿਓ ਤੁਹਾਨੂੰ ਉਥੋਂ ਨੋਟਸ ਪਰਚੇਜ਼ ਕਰ ਲੈ ਜਾਣਗੇ ਸੋ ਪੰਜਾਬ ਪੁਲਿਸ ਦੇ ਜੀਕੇ ਦੇ ਨੋਟਸ ਆਪਾਂ ਡਾਇਰੈਕਟ ਉਹਨਾਂ ਨੂੰ ਤੱਕ ਪਹੁੰਚਾ ਦਿੰਨੇ ਆ ਜੇ ਕੋਈ ਕੈਂਡੀਡੇਟ ਆਪਣੇ ਨਾਲ ਸੰਪਰਕ ਕਰਦਾ ਹੈ ਜਿਹੜੇ ਅੰਗਨવાડી ਸੁਪਰਵਾਈਜ਼ਰ ਵਾਲੇ ਨੇ ਉਹ ਨੋਟਸ ਉਹਨਾਂ ਦੇ ਆਪਾਂ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੇ ਹੋਏ ਨੇ ਟਾਈਪ ਕੀਤੇ ਹੋਏ ਨੇ ਹਰ ਇੱਕ ਟੌਪਿਕ ਨੂੰ ਹਰ ਇੱਕ ਕੰਟੈਂਟ ਨੂੰ ਕਵਰ ਕੀਤਾ ਹੋਇਆ ਸੋ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਨੇ ਜੀ ਸਾਰੇ ਬੱਚੇ ਜਿਨ੍ਹਾਂ ਨੇ ਇਹ ਨੋਟਸ ਲੈਣੇ ਨੇ 88474 77007 ਇਸ ਨੰਬਰ ਤੇ ਤੁਸੀਂ ਕੋਸ਼ਿਸ਼ ਕਰਿਓ 2 ਪੀਐਮ ਤੋਂ ਬਾਅਦ 2 ਪੀਐਮ ਤੋਂ ਬਾਅਦ ਤੁਸੀਂ ਮੈਨੂੰ ਫੋਨ ਕਰਨਾ ਸਾਨੂੰ ਫੋਨ ਕਰ ਲੈਣਾ ਇਹ ਮੈਸੇਜ ਵੀ ਕਰ ਸਕਦੇ ਹੋ ਤੁਹਾਨੂੰ ਮੈਸੇਜ ਦਾ ਜਵਾਬ ਵੀ ਮਿਲੂਗਾ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਲਾਈਕ ਕਰਨਾ ਨਾ ਕਰਨਾ ਤੁਹਾਡੀ ਇੱਛਾ ਹੈਗੀ ਬਹੁਤ ਵਧੀਆ ਪ੍ਰਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਉਣੇ ਆ ਇਹ ਸਾਰੇ ਪ੍ਰਸ਼ਨ ਪਿਛਲੇ ਟੈਕਟ ਦੇ ਪੇਪਰਾਂ ਚ ਆਏ ਹੋਏ ਨੇ ਸਾਰੇ ਦੇ ਸਾਰੇ ਇੰਪੋਰਟੈਂਟ ਨੇ ਟੈਕਟ ਦੇ ਪੇਪਰਾਂ ਚੋਂ ਲਏ ਗਏ ਨੇ ਆਪਾਂ ਚੋਣਵੇਂ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ